ਦੀਵਾਲੀ ਦਾ ਤਿਉਹਾਰ ਜਦੋਂ ਆਉਂਦਾ ਵਾ ਤਾਂ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਘਰਾਂ ਦੇ ਮੈਂਬਰ ਜਿਹੜੇ ਨੇ ਬੜੇ ਖੁਸ਼ੀ-ਖੁਸ਼ੀ ਪਟਾਕੇ ਛੱਤ ਤੇ ਜਲਾਉਂਦੇ ਆ ਤਾਂ ਕਿਤੇ ਨਾ ਕਿਤੇ ਜ਼ਰੂਰ ਅਸੀਂ ਉਸ ਵੇਲੇ ਬਿਮਾਰੀਆਂ ਵੀ ਨਾਲ ਲੈ ਕੇ ਆਂਦੇ ਆ। ਉਹਨਾਂ ਬਿਮਾਰੀਆਂ ਤੋਂ ਕਿਸ ਤਰੀਕੇ ਕਿਹਨਾਂ ਬਚ ਸਕਦੇ ਆ? ਗੱਲਬਾਤ ਜ਼ਰੂਰ ਕਰ ਲਾਂਗੇ ਸੀਨੀਅਰ ਮੈਡੀਕਲ ਅਫਸਰ ਨੇ ਰਵਿੰਦਰ ਸਿੰਘ ਜੀ ਸਿਵਲ ਹਸਪਤਾਲ ਬਟਾਲਾ ਤੋਂ ਕੀ ਕਹਿੰਦੇ ਨੇ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਕਿਸ ਤਰੀਕੇ ਨਾਲ ਉਹਨਾਂ ਤੋਂ ਦੂਰ ਰਹਿ ਸਕਦੇ ਆ? ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦੱਸ ਦਿਓ ਕਿ ਜਿਸ ਤਰੀਕੇ ਨਾਲ ਨੌਜਵਾਨ ਜਾਂ ਘਰ ਦੇ ਮੈਂਬਰਾਂ ਦਾ ਦੀਵਾਲੀ ਦੇ ਤਿਹਾਰ ਤੇ ਲੋਕ ਪਟਾਕੇ ਚਲਾਉਂਦੇ ਨੇ ਕਿਸ ਤਰੀਕੇ ਨਾਲ ਉਹਨਾਂ ਬਿਮਾਰੀਆਂ ਤੋਂ ਜਿਹੜੀਆਂ ਅਸੀਂ ਛੇੜਦੇ ਆ ਪ੍ਰੋਡਿਊਸ਼ਨ ਦੇ ਨਾਲ ਆਂਦੀਆਂ ਨੇ ਬਿਮਾਰੀਆਂ ਕਿੱਦਾਂ ਉਹਨਾਂ ਬਿਮਾਰੀਆਂ ਤੋਂ ਬਚ ਸਕਦੇ ਸਭ ਤੋਂ ਪਹਿਲਾਂ ਬਟਾਲਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਦੀਵਾਲੀ ਦੀਆਂ ਔਰ ਬੰਦੀਛੋੜ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਜਿਹੜਾ ਆਉਣ ਵਾਲਾ ਸਾਲ ਹੋ ਉਹ ਤੰਦਰੁਸਤੀ ਭਰਿਆ ਹੋਵੇ ਜਿਹੜੀਆਂ ਦੀਵਾਲੀ ਦੀ ਤੁਸੀਂ ਪੋਲੂਸ਼ਨ ਦੀ ਗੱਲ ਕੀਤੀ ਆ ਪੋਲੂਸ਼ਨ ਇੱਕ ਮੇਜਰ ਰੀਜ਼ਨ ਹੈਗਾ ਦੁਵਾਲੀ ਦੇ ਮੌਕੇ ਤੇ ਜਿਹੜਾ ਸਾਨੂੰ ਕੁਝ ਬਿਮਾਰੀਆਂ ਜਿਹੜੀਆਂ ਉਹਦੇ ਕਰਕੇ ਜਿਹੜੇ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਉਹਨਾਂ ਚ ਖਾਸ ਕਰਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀਗੇ ਸਾਹ ਦੀਆਂ ਬਿਮਾਰੀਆਂ ਜਿਹੜੇ ਇਸ ਤੂਏ ਦੇ ਕਰਕੇ ਧੂਏ ਚਾਹਲ ਅਗਲਗ ਤਰ੍ਹਾਂ ਦੀਆਂ ਗੈਸਸ ਹੁੰਦੀਆਂ ਨੇ ਉਹਦੇ ਕਰਕੇ ਜਿਹੜੇ ਕੁਝ ਪੇਸ਼ੈਂਟ ਹੁੰਦੇ ਨੇ ਖਾਸ ਕਰ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਨੂੰ ਆਲਰੇਡੀ ਕੋਈ ਨਾ ਕੋਈ ਪ੍ਰੋਬਲਮ ਹੈ ਜਾਂ ਵੈਸੇ ਵੀ ਬਜ਼ੁਰਗ ਉਮਰ ਜ਼ਿਆਦਾ ਹੋਣ ਕਰਕੇ ਜਿਹੜੀ ਸਾਡੇ ਜਿਹੜੀ ਫੇਫੜੇ ਦੀ ਕੈਪੈਸਿਟੀ ਆ ਤੇ ਜਿਹੜੀ ਸਰੀਰ ਦੀ ਸਾਡੀ ਇਮਿਊਨਿਟੀ ਆ ਜਿਹੜੀ ਬਾਡੀ ਸਟਰੈਂਥ ਹੈ ਰੋਗਾਂ ਨਾਲ ਲੜਨ ਦੀ ਉਹ ਘਟ ਉਦੇ ਕਰਕੇ ਉਹਨਾਂ ਨੂੰ ਜਿਹੜੀਆਂ ਧੂਏ ਦੇ ਕਰਕੇ ਅਲਰਜੀ ਤੋਂ ਹੋਣ ਵਾਲੀ ਜਿਹੜੀ ਬਿਮਾਰੀਆਂ ਹੋ ਸਕਦੀਆਂ ਉਹਨਾਂ ਨੂੰ ਪੁੱਛਿਆ ਕਿ ਕਿੱਦਾਂ ਜਾਏਗਾ ਇਹਨਾਂ ਬਿਮਾਰੀਆਂ ਤੋਂ ਕਿਉਂਕਿ ਪ੍ਰਦੂਸ਼ਣ ਦੇ ਨਾਲ ਅਕਸਰ ਬਿਮਾਰੀਆਂ ਵੀ ਨਾਲ ਦੀ ਨਾਲ ਜ਼ਰੂਰ ਆndੀਆਂ ਨੇ ਉਹਨਾਂ ਬਿਮਾਰੀਆਂ ਤੋਂ ਕਿੱਦਾਂ ਬਚ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਦੇ ਦੋ ਤਰੀਕੇ ਨੇ ਜਾਂ ਤੇ ਤੁਸੀਂ ਪੋਲੂਸ਼ਨ ਕ੍ਰੀਏਟ ਹੀ ਨਾ ਕਰੋ ਜੇ ਪੋਲੂਸ਼ਨ ਹੋ ਰਹੀ ਆ ਤੇ ਤੁਸੀਂ ਉਸ ਤੋਂ ਕਿਸ ਤਰ੍ਹਾਂ ਇਲਾਜ ਕਰ ਸਕਦੇ ਹੋ ਤੇ ਪੋਲੂਸ਼ਨ ਨਾ ਕ੍ਰੀਏਟ ਕਰਨ ਦਾ ਇਹੀ ਤਰੀਕਾ ਹੈਗੇ ਕਿ ਜਿਹੜੇ ਕੋਸ਼ਿਸ਼ ਕਰੋ ਕਿ ਜਿਹੜੀ ਜਿਹੜੀ ਗ੍ਰੀਨ ਦੀਵਾਲੀ ਆ ਉਹ 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 ਮਨਾਓ ਫਿਰ ਤੁਸੀਂ ਜਿਹੜੇ ਪਟਾਕੇ ਨੇ ਉਹ ਘੱਟ ਤੋਂ ਘੱਟ ਯੂਜ਼ ਕਰੋ ਔਰ ਜੋ ਸਰਕਾਰ ਦਾ ਮਿੱਠਾ ਟਾਈਮ ਹੁੰਦਾ ਇੱਕ ਟਾਈਮ ਸਰਕਾਰ ਨੇ ਹਮੇਸ਼ਾ ਫਿਕਸ ਕੀਤਾ ਹੁੰਦਾ ਕਿ ਤੁਸੀਂ ਇਸ ਸਮੇਂ ਦੌਰਾਨ ਦੀਵਾਲੀ ਮਨਾਣੀ ਆ ਉਸ ਟਾਈਮ ਹੀ ਦੀਵਾਲੀ ਬਣਾਓ ਔਰ ਘੱਟ ਤੋਂ ਘੱਟ ਪਟਾਕੇ ਯੂਜ਼ ਕਰੋ ਔਰ ਕੋਈ ਵੀ ਜਿਸ ਤਰ੍ਹਾਂ ਐਕਸਪਾਇਰਡ ਪਟਾਕੇ ਨੇ ਜਾਂ ਜਿਹੜੇ ਜਿਨ੍ਹਾਂ ਦੀ ਡੇਟ ਲੰਘ ਚੁੱਕੀ ਹੋਗੀ ਆ ਪੁਰਾਣੇ ਨੇ ਉਹ ਉਹ ਨਾ ਯੂਜ਼ ਕਰੋ ਬਾਕੀ ਦੂਸਰੇ ਪਾਸੇ ਗੱਲ ਆਂਦੀ ਹੈ ਕਿ ਅਸੀਂ ਜੇ ਪੋਲੂਸ਼ਨ ਹੋ ਗਈ ਤਾਂ ਅਸੀਂ ਕਿਸ ਤਰ੍ਹਾਂ ਬਚਣਾ ਹੈਗਾ ਕੋਸ਼ਿਸ਼ ਕਰੋ ਕਿ ਜਿਹੜੇ ਸੈਂਸਿਟਿਵ ਹੈਗੇ ਨੇ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ ਉਹਨਾਂ ਨੂੰ ਇਸ ਥੋੜਾ ਪੋਲੂਸ਼ਨ ਤੋਂ ਥੋੜਾ ਜਿਹਾ ਦੂਰ ਰੱਖੋ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਆਲੇ-ਦੁਆਲੇ ਜਿਸ ਤਰ੍ਹਾਂ ਨਾ ਉਹਨਾਂ ਨੂੰ ਪੋਲੂਸ਼ਨ ਉਹਨਾਂ ਦੇ ਫੈਲੇ ਮਾਸਕ ਵੀ ਲਗਾ ਸਕਦੇ ਹੋ ਬਜ਼ੁਰਗਾਂ ਦੇ ਤੇ ਜਿਹੜੇ ਬੱਚੇ ਨੇ ਛੋਟੇ ਬੱਚੇ ਨੇ ਜਿਵੇਂ ਆਪਾਂ ਧੂਏ ਦੀ ਪੋਲੂਸ਼ਨ ਦੀ ਗੱਲ ਕਰਦੇ ਆਂ ਪਰ ਬੱਚਿਆਂ ਵਾਸਤੇ ਜਿਹੜੀ ਆਵਾਜ਼ ਆਉਂਦੀ ਪਟਾਕਿਆਂ ਦੀ ਉਹ ਵੀ ਖਤਰਨਾਕ ਹੁੰਦੀ ਉਹਨਾਂ ਵਾਸਤੇ ਕੋਸ਼ਿਸ਼ ਕਰੋ ਕਿ ਛੋਟੇ ਬੱਚਿਆਂ ਦੇ ਖਾਸ ਕਰ 5 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਇਅਰ ਪਲੱਗ ਵਗੈਰਾ ਜਾਂ ਕੰਨਾਂ ਦੇ ਵਿੱਚ ਤੁਸੀਂ ਕਾਟਨ ਲਗਾ ਸਕਦੇ ਹੋ ਦੀਵਾਲੀ ਦੇ ਮੌਕੇ ਤੇ ਤਾਂ ਕਿ ਜਿਹੜੀ ਦੇ ਵਾਲੀ ਦਾ ਸ਼ੋਰ ਹੈ ਪਟਾਕਿਆਂ ਦਾ ਸ਼ੋਰ ਹੈ ਉਹ ਉਹਨਾਂ ਦੇ ਕੰਨਾਂ ਤੱਕ ਨਾ ਪਹੁੰਚੇ ਕਿਉਂਕਿ ਉਹਨਾਂ ਦੇ ਜਿਹੜੇ ਕੰਨਾਂ ਦਾ ਪਰਦਾ ਹੁੰਦਾ ਥੋੜਾ ਕਮਜ਼ੋਰ ਹੁੰਦਾ ਔਰ ਉਹਦੇ ਫਟਣ ਦਾ ਡਰ ਹੁੰਦਾ ਉਹਨਾਂ ਨੂੰ ਬਿਲਕੁਲ ਡਾਕਟਰ ਬੱਚਿਆਂ ਵਾਸਤੇ ਜਿਸ ਤਿੱਕੇ ਨਾ ਬੱਚੇ ਵੀ ਪਟਾਕੇ ਚਲਾਉਂਦੇ ਨੇ ਤਾਂ ਫਿਰ ਕਈ ਵਾਰੀ ਪਟਾਕੇ ਚਲਾਉਂਦੇ ਚਲਾਉਂਦੇ ਚੁਲਸ ਜਾਂਦੇ ਨੇ ਉਹਨਾਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਫਰਸਟ ایڈ ਕੀ ਦੇਣੀ ਚਾਹੀਦੀ ਹੈ ਘਰ ਦੇ ਵਿੱਚ ਉਸ ਵੇਲੇ ਸਭ ਤੋਂ ਪਹਿਲਾਂ ਤਾਂ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਾਨੂੰ ਜਿਹੜੀ ਪਟਾਕਿਆਂ ਤੋਂ ਜਿਹੜਾ ਹੋਣ ਵਾਲਾ ਨੁਕਸਾਨ ਉਹ ਹੋਏ ਹੀ ਨਾ ਤੇ ਬੱਚਿਆਂ ਨੂੰ ਕਦੇ ਵੀ ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਇਕੱਲੇ ਅਸਰਾ ਪਟਾਕੇ ਨਾ ਚਲਾਣਾ ਅਲਾਓ ਕੀਤਾ ਜਾਵੇ ਹਮੇਸ਼ਾ ਉਹਨਾਂ ਦੇ ਨਾਲ ਕੋਈ ਨਾ ਕੋਈ ਅਡਲਟ ਮੈਂਬਰ ਸਿਆਣਾ ਜਿਹੜਾ ਘਰ ਦਾ ਜੀ ਆ ਉਹ ਹਮੇਸ਼ਾ ਬੱਚਿਆਂ ਦੇ ਨਾਲ ਹੋਵੇ ਉਹਨਾਂ ਨੂੰ ਸੁਪਰਵਾਈਜ਼ ਕਰੇ ਬਾਕੀ ਘਟੋ ਘਟਿਕ ਆ ਜਿਹੜਾ ਪਟਾਕੇ ਚਲਾਉਣ ਦੀ ਜਿਹੜੀ ਹੈਗੀ ਆ ਡਿਸਟੈਂਸ ਆ ਜਿਹੜਾ ਆਪਾਂ ਦੂਰੀ ਕਿੰਨੀ ਦੂਰ ਤੋਂ ਚਲਾਣਾ ਇੱਕ ਆਮ ਲੈਂਥ ਇੱਕ ਬਾਹ ਦੀ ਜਿੰਨੀ ਦੂਰੀ ਤੋਂ ਸਾਨੂੰ ਪਟਾਕੇ ਚਲਾਉਣੇ ਚਾਹੀਦੇ ਨੇ ਤੇ ਇਹ ਚੀਜ਼ਾਂ ਦਾ ਸਾਨੂੰ ਦਿਵਾਲੀ ਦੇ ਮੌਕੇ ਤੇ ਖਿਆਲ ਰੱਖਣਾ ਚਾਹੀਦਾ ਬਾਕੀ ਜਿਸ ਤਰ੍ਹਾਂ ਕੱਪੜੇ ਨੇ ਕੱਪੜੇ ਕੋਸ਼ਿਸ਼ ਕਰੋ ਕਿ ਕਾਟਨ ਦੇ ਪਾ ਕੇ ਰੱਖੋ ਕਾਟਨ ਦੇ ਕੱਪੜੇ ਜਾਂ ਸਿਲਕ ਵਗੈਰਾ ਜਾਂ ਜਿਹੜੇ ਸਿੰਥੈਟਿਕ ਕੱਪੜੇ ਨੂੰ ਆਗ ਨੂੰ ਜਲਦੀ ਫੜਦੇ ਨੇ ਉਹਨਾਂ ਦੀ ਵਰਤੋਂ ਨਾ ਕਰੋ ਦਿਵਾਲੀ ਦੇ ਜਿਹੜੇ ਤਿਉਹਾਰ ਤੇ ਤੇ ਤੁਸੀਂ ਲੂਜ਼ ਫਿਟਿੰਗ ਵਾਲੇ ਕੱਪੜੇ ਨਹੀਂ ਅਵੋਇਡ ਕਰਨੇ ਉਹ ਨਹੀਂ ਪਾਣੇ ਜਿਹੜੇ ਚੰਗੇ ਫਿਟਿੰਗ ਵਾਲੇ ਕੱਪੜੇ ਉਹ ਪਾਓ ਬਾਕੀ ਜੇ ਇੱਕ ਵਾਰੀ ਜੇ ਇੰਜਰੀ ਹੋ ਜਾਂਦੀ ਹੈ ਤੁਹਾਨੂੰ ਮਤਲਬ ਕੋਈ ਤੁਲਸ ਜਾਂਦਾ ਹੈਗਾ ਕੋਈ ਸਰੀਰ ਦਾ ਕੋਈ ਵੀ ਹਿੱਸਾ ਤੇ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਫਰਸਟ ਏਡ ਜਿਹੜੀ ਕਿਟਾ ਹੋਣੀ ਚਾਹੀਦੀ ਆ ਤੇ ਜਿਸ ਤਰ੍ਹਾਂ ਅਸੀਂ ਚੁਲਸਣ ਤੋਂ ਬਾਅਦ ਮੈਂ ਕਈ ਵਾਰੀ ਆਪਾਂ ਨੋਟ ਕਰਦੇ ਆ ਕਿ ਜਿਹੜੇ ਆਮ ਨੁਸਖੇ ਅਸੀਂ ਅਪਣਾ ਲੈਣੇ ਆ ਜਿਸ ਤਰ੍ਹਾਂ ਕੋਈ ਕਿਸੇ ਨੇ ਆਲੂ ਲਗਾ ਲਿਆ ਕਿਸੇ ਨੇ ਟੁੱਥਪੇਸ ਲਗਾ ਲਈ ਇਹੋ ਜਿਹੀ ਚੀਜ਼ਾਂ ਜੋ ਘਰ 'ਚ ਸਾਨੂੰ ਮਿਲਦੀਆਂ ਆਸੀਂ ਲਗਾਣੀ ਸ਼ੁਰੂ ਕਰ ਦਿੰਨੇ ਆ ਕੋਸ਼ਿਸ਼ ਕਰੋ ਕਿ ਇਹ ਚੀਜ਼ਾਂ ਨੂੰ ਅਵਾਇਡ ਕਰੋ ਇਹ ਨਹੀਂ ਲਗਾਣੀ ਇਹਦਾ ਨੁਕਸਾਨ ਹੋਣ ਦਾ ਡਰ ਹੁੰਦਾ ਜਦੋਂ ਵੀ ਚੁਲਸਦਾ ਕੋਈ ਜਾਂ ਇਸ ਤਰ੍ਹਾਂ ਇੰਜਰੀ ਜਿਹੜੀ ਅਸਰ ਹੁੰਦਾ ਕੋਈ ਆਗ ਵਗੈਰਾ ਦਾ ਸੇਕ ਪੈਂਦਾ ਤੇ ਠੰਡਾ ਪਾਣੀ ਪਾਓ ਠੰਡਾ ਪਾਣੀ ਜਿਸ ਅੰਗ ਦੇ ਉੱਪਰ ਸਰਾ ਹੋਇਆ ਉਹਦੇ ਉੱਪਰ ਇੱਕ ਬੋਤਲ ਲੈ ਕੇ ਜਾਂ ਕਿਸੇ ਵੀ ਗਲਾਸ ਦੇ ਨਾਲ ਕੋਸ਼ਿਸ਼ ਕਰੋ ਕਿ ਉੱਤੇ 1-2 ਮਿੰਟ ਤੱਕ ਠੰਡਾ ਪਾਣੀ ਉਹ ਪਾਓ ਅਪੀਲ ਕੀ ਕਰਦੇ ਹਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਦੇਸ਼ਵਾਸੀਆਂ ਕੀ ਅਪੀਲ ਕਰਦੇ ਕਿਉਂਕਿ ਦੀਵਾਲੀ ਦਾ ਤਿਹਾਰ ਵੀ ਨੇੜੇ ਹੈ ਮੈਂ ਤੇ ਸਭ ਤੋਂ ਜ਼ਿਆਦਾ ਇਹੀ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਦੀਵਾਲੀ ਦੇ ਮੌਕੇ ਤੇ ਇੰਜਰੀ ਜਿਹੜੀਆਂ ਡਰ ਹੁੰਦਾ ਸਾਨੂੰ ਇਹ ਸੱਟਾਂ ਲੱਗਣ ਦਾ ਵੱਖ-ਵੱਖ ਤਰ੍ਹਾਂ ਦੀਆਂ ਤੇ ਦੀਵਾਲੀ ਸੇਫ ਰਹੋ ਆਪਣੇ ਆਪ ਨੂੰ ਸੇਫ ਰੱਖ ਕੇ ਮਨਾਓ ਦੀਵਾਲੀ ਜਿਸ ਤਰ੍ਹਾਂ ਜੋ ਮੈਂ ਪਹਿਲਾਂ ਗੱਲਾਂ ਕੀਤੀਆਂ ਸੀ ਇਹ ਬੱਚਿਆਂ ਤੇ ਨਜ਼ਰ ਰੱਖੋ ਬਜ਼ੁਰਗਾਂ ਤੇ ਨਜ਼ਰ ਰੱਖੋ ਥੋੜਾ ਤੇ ਆਪਣੇ ਆਪ ਨੂੰ ਜਿਹੜਾ ਦੀਵਾਲੀ ਤੋਂ ਥੋੜਾ ਜਿਹਾ ਬਚ ਕੇ ਰਿਹਾ ਜਾਵੇ ਤੇ ਕੋਸ਼ਿਸ਼ ਕਰੋ ਕਿ ਗ੍ਰੀਨ ਦੀਵਾਲੀ ਮਨਾਓ ਜੀ ਬਿਲਕੁਲ ਸੀਨੀਅਰ ਮੈਡੀਕਲ ਅਫਸਰ ਸੇਵਲ ਸਥਲ ਬਟਾਲਾ ਸੀ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਕਿਸ ਤਰੀਕੇ ਨਾਲ ਬਚਾਅ ਕਰਨਾ ਚਾਹੀਦਾ ਜੇਕਰ ਚੁਲਸ ਜਾਂਦੇ ਆ ਜਾਂ ਕੋਈ ਬੱਚਾ ਚੁਲਸ ਜਾਂਦਾ ਪਟਾਕਾ ਚਲਾਉਂਦੇ ਆ ਤੇ ਉਸ ਤੋ ਕਿੱਦਾਂ ਬਚਿਆ ਜਾ ਸਕਦਾ ਫਰਸਟ ایڈ ਕੀ ਦਿੱਤੀ ਜਾਣੀ ਚਾਹੀਦੀ ਹੈ ਕਿ ਸਟਿੱਕੇ ਦੇ ਸਾਨੂੰ ਕੱਪੜੇ ਪਾਣੇ ਚਾਹੀਦੇ ਆ ਪਰ ਨਾਲ ਦੀ ਨਾਲ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਸਾਨੂੰ ਅਵੋਇਡ ਕਰਨਾ ਚਾਹੀਦਾ ਵਾ ਤੇ ਘਰ ਦੇ ਵਿੱਚ ਗਰੀਨ ਦੀਵਾਲੀ ਹੀ ਮਨਾਉਣੀ ਚਾਹੀਦੀ ਹੈ ਜਿਸ ਦਿਨਾਂ ਪ੍ਰਦੂਸ਼ਣ ਵੀ ਨਾ ਹੋਵੇ ਤੇ ਇੱਕ ਬਚਾਅ ਵੀ ਹੋ ਸਕੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਉਸ ਦਿਨ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਥੋੜਾ ਜਿਆ ਐਨਾ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਕਿਉਂਕਿ ਇਹਨਾਂ ਬੱਚਿਆਂ ਦੇ ਬਜ਼ੁਰਗਾਂ ਦੇ ਇਮਿਊਨਿਟੀ ਪਾਵਰ ਜਿਹੜੀ ਹੁੰਦੀ ਹੈ ਘੱਟ ਹੁੰਦੀ ਆ ਜੇਕਰ ਅਸੀਂ ਦੂਰ ਰੱਖਾਂਗੇ ਤਾਂ ਉਹਨਾਂ ਨੂੰ ਬਿਮਾਰੀਆਂ ਤੋਂ ਵੀ ਅਸੀਂ ਨਾਲ ਦੀ ਨਾਲ ਦੂਰ ਰੱਖਾਂਗੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ